ਬਾਜ਼ੀ ਪਾਉਣ ਵਾਲਿਆਂ ਨੇ ਇੱਕ ਨੌਜਵਾਨ ਤੇ ਸਰੀਰਕ ਤਸ਼ੱਦਦ ਕੀਤਾ। ਉਸ ਨੂੰ 48 ਘੰਟੇ ਲਈ ਜ਼ਮੀਨ ਦੇ ਵਿੱਚ ਦੱਬਿਆ ਗਿਆ, ਜਿਸ ਕਾਰਨ ਉਸਦੀ ਹਾਲਤ ਖਰਾਬ ਹੋ ਗਈ ਤੇ ਉਸ ਨੂੰ ਘਰ ਛੱਡ ਆਏ ਤੇ ਜਦੋਂ ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਤਾਂ ਉਸ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਹ 28 ਸਾਲਾਂ ਨੌਜਵਾਨ ਜਗਸੀਰ ਸਿੰਘ ਸੀ, ਜੋ ਮੰਦ ਬੁੱਧੀ ਸੀ। ਇਸ ਨੌਜਵਾਨ ਨੂੰ ਬਾਜ਼ੀ ਪਾਉਣ ਵਾਲੇ ਪੈਸਿਆਂ ਦੀ ਥਾਂ ਤੇ ਨਸ਼ਾ ਦਿੰਦੇ ਸੀ। ਨੌਜਵਾਨ ਜਗਸੀਰ ਸਿੰਘ ਆਪਣੇ ਪਿਓ ਦਾ ਇਕਲੌਤਾ ਸਹਾਰਾ ਸੀ, ਕਿਉਂਕਿ ਇਸਦੀ ਮਾਂ ਦੀ ਕੁਝ ਸਮੇਂ ਪਹਿਲਾਂ ਹੀ ਮੌਤ ਹੋਈ ਤੇ ਹੁਣ ਪਿਤਾ ਇਕੱਲੇ ਹੀ ਰਹਿ ਗਏ ਨੇ। ਹਾਲਾਂਕਿ ਅੱਜ ਦੇ ਸਮੇਂ 'ਚ ਬਹੁਤ ਕੁਝ ਬਦਲ ਗਿਆ, ਪਰ ਪੰਜਾਬ ਦੇ ਕੁਝ ਪਿੰਡ ਅਜਿਹੇ ਵੀ ਨੇ ਜਿੱਥੇ ਬਾਜ਼ੀ ਖੇਡਾਂ ਪਾਉਣ ਵਾਲੇ ਬਹੁਤ ਸਾਰੇ ਲੋਕ ਆਉਂਦੇ ਨੇ। ਆਮ ਤੌਰ 'ਤੇ ਸਾਦੇ ਢੰਗ ਨਾਲ ਬਾਜ਼ੀ ਪਾਉਂਦੇ ਬਾਜ਼ੀਗਰ ਪਿੰਡਾਂ 'ਚ ਨਜ਼ਰ ਆਉਂਦੇ ਨੇ, ਪਰ ਕਈ ਵਾਰ ਮਨੁੱਖੀ ਸਰੀਰ ਨੂੰ ਕਸ਼ਟ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਹੁਣ ਇਹ ਮਾਮਲਾ ਸਾਹਮਣੇ ਆਇਆ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥੰਦੇਵਾਲ ਤੋਂ, ਜਿੱਥੇ ਅਜਿਹੇ ਹੀ ਸਰੀਰਕ ਕਸ਼ਟ ਦਾ ਸ਼ਿਕਾਰ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਪਰਿਵਾਰਕ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਉਸੇ ਛੋਟੇ ਭਰਾ ਦਾ ਬੇਟਾ ਜਗਸੀਰ ਸਿੰਘ, ਜੋ ਬਹੁਤ ਸਿੱਧੇ ਸੁਭਾਅ ਦਾ ਸੀ ਤੇ ਪਰਿਵਾਰਕ ਮੈਂਬਰ ਉਸਦਾ ਖਿਆਲ ਰੱਖਦੇ ਸੀ, ਪਰ ਬੀਤੇ ਸਮੇਂ ਤੋਂ ਬਾਜ਼ੀ ਦਿਖਾਉਣ ਅਤੇ ਸਰੀਰ ਨੂੰ ਕਸ਼ਟ ਦੇ ਕੇ ਕਰਤੱਬ ਦਿਖਾਉਣ ਵਾਲੇ ਉਹਨਾਂ ਦੇ ਪਿੰਡ ਦੇ ਕੁਝ ਲੋਕਾਂ ਨਾਲ ਉਹ ਜਾ ਮਿਲਿਆ। ਬੀਤੇ ਦਿਨ ਉਸਨੂੰ ਪਿੰਡ ਦਾ ਹੀ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਘਰ ਛੱਡ ਗਿਆ। ਇਲਾਜ ਲਈ ਜਗਸੀਰ ਨੂੰ ਫਰੀਦਕੋਟ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ 3 ਦਿਨ ਬਾਅਦ ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਨੇ ਦੱਸਿਆ ਹੈ ਕਿ ਲੋਕਾਂ ਨੇ ਬਾਜ਼ੀ ਵਿਖਾਉਣ ਦੇ ਨਾਮ ਤੇ ਉਸਦੇ ਨਾਲ ਤਸ਼ੱਦਦ ਕੀਤਾ। ਉਸਨੂੰ ਟੋਇਆ ਪੁੱਟ ਕੇ ਧਰਤੀ ਦੇ ਵਿੱਚ ਦੱਬ ਦਿੱਤਾ ਗਿਆ, ਕੱਚ ਦੇ ਟੁਕੜਿਆਂ ਤੇ ਨੰਗੇ ਪੈਰੀ ਤੋਰਿਆ ਗਿਆ, ਹੱਥਾਂ ਨਾਲ ਗਰਮ ਸੰਗਲ ਠੰਡੇ ਕਰਵਾਏ ਗਏ, ਜਿਸ ਨਾਲ ਉਸਦੀ ਇਹ ਹਾਲਤ ਹੋ ਗਈ। ਇਲਾਜ ਦੌਰਾਨ ਹੀ ਜਗਸੀਰ ਸਿੰਘ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਕਥਿਤ 4 ਦੋਸ਼ੀਆਂ ਨੂੰ ਕਾਬੂ ਕਰ ਲਿਆ। SHO ਇਕਬਾਲ ਹੁਸੈਨ ਨੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਨਾਮ ਜੀ ਜਗਸੀਰ ਸਿੰਘ ਸੀਗਾ, ਉਮਰ 28 ਸਾਲ ਦੀ ਜੀ। ਕਰਨਾਟਕਾ ਟਾਈਮ ਖੇਡੇ ਆ ਜਾਂ ਬੁਣਾ ਵਾਲੇ ਸ਼ੇਕਲ ਜਾਂ ਚਲਾਉਣ ਵਾਲੇ ਅਸੀਂ ਕਾਫੀ, ਅਤੇ ਬੰਦੇ ਨੂੰ ਟੋਏ 'ਚ ਦੱਬ ਕੇ ਜਾਂ 48 ਘੰਟਿਆਂ ਤੋਂ ਕੱਢਣਾ ਉਹਨੂੰ, ਔਰ ਕੱਚ 'ਤੇ ਤੋਰਨਾ, ਜਵਾਨ ਵਿੱਚ ਸਵੀਟ ਜੀਭ ਵਿੱਚ ਸਵੀਟ ਪਾ ਕੇ ਦਿਖਾਉਣੀ, ਇਹ ਆਈਟਮਾਂ ਕਰਕੇ ਲੋਕਾਂ ਤੋਂ ਪੈਸਾ ਇਕੱਠਾ ਕਰਦੇ। ਜੀ, ਕੀ ਘਟਨਾ ਕੀ ਹੋਈ ਹੈਗੀ ਆ, ਪੂਰਾ ਕੀ ਨਾਮ? ਘਟਨਾ ਜਦੋਂ ਟੋਏ 'ਚੋਂ ਦੱਬਿਆ, ਬੇਹੋਸ਼ ਹੋ ਗਿਆ, ਉਦਾਂ ਤੋਂ ਠੀਕ ਨਹੀਂ ਹੋਇਆ, ਜਦੋਂ ਸਾਡੇ ਘਰ ਛੱਡ ਗਏ ਜੀ, ਉਤਾਰ ਗਏ ਅਤੇ ਅਸੀਂ ਘਰ 'ਚ ਪੈ ਗਏ ਸਾਨੂੰ ਉੱਥੇ। ਕਿੰਨੇ ਸਮੇਂ ਤੋਂ ਉਹਨਾਂ ਦੇ ਨਾਲ ਜਾ ਰਿਹਾ ਸੀ, ਔਰ ਕਿੰਨਾ ਕੀ ਇਹਨਾਂ ਨੂੰ ਪੈਸਾ ਵਗੈਰਾ ਦੇ ਰਹੇ ਸੀਗੇ, ਕੀ ਸੀ? 1.5 ਮਹੀਨੇ ਤੋਂ ਚੱਲ ਰਿਹਾ ਸੀ, ਕੋਈ ਪੈਸਾ ਨਹੀਂ, ਇਕੱਲਾ ਨਸ਼ਾ ਦਿੰਦੇ। ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਇਕੱਲਾ ਇਹਨਾਂ ਦਾ ਹੁਣ ਪਿਤਾ ਹੀ ਰਹਿ ਗਿਆ, ਮਾਤਾ ਵੀ ਗੁਜ਼ਰ ਗਈ, ਇਕੱਲਾ ਹੀ। ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲੋਂ, ਕੀ ਅਪੀਲ ਕਰਦੇ ਹੋ? ਮੰਗ ਇਹ ਹੈ ਜੀ, ਇਹੋ ਜਿਹੀ ਮਾੜੀ ਖੇਡ ਖੇਡਣ ਦਾ ਇਜਾਜ਼ਤ ਨਾ ਦਿੱਤੀ ਜਾਵੇ, ਅਤੇ ਉਹ ਸਾਡਾ ਜੀ ਮੁੰਡਾ ਸੀਗਾ, ਮੇਰਾ ਭਤੀਜਾ ਸੀਗਾ, ਨਾਂ ਜਗਸੀਰ ਸਿੰਘ ਸੀ, ਇਹਦੇ ਪਿਓ ਦਾ ਨਾਂ ਭਗਤ ਸਿੰਘ ਹੈ, ਅਤੇ ਉਹ ਮੰਦ ਬੁੱਧੀ ਬੰਦਾ ਸੀਗਾ, ਅਤੇ ਉਹ ਇੱਥੇ ਸਾਡੇ ਪਿੰਡ ਖੇੜਾ ਪੈਂਦਾ ਹੁੰਦਾ ਸੀਗਾ, ਉਹ ਦੱਬ ਕੇ ਬੰਦੇ ਨੂੰ ਨਾ
ਅਤੇ ਇੱਕ ਥੜੇ ਦੇ ਉੱਤੇ ਫੋਟੋਆਂ ਫਾਟੋਆਂ ਜਿਹੀਆਂ ਲਾਉਂਦੇ ਰਹਿੰਦੇ ਸੀ ਅਤੇ ਦਾਲੇ ਦਾਲੇ ਚੱਕਰ ਕੱਢਦੇ ਰਹਿੰਦੇ ਸੀਗੇ ਸਾਈਕਲ 'ਤੇ। ਅਤੇ ਉਹਨਾਂ ਨੇ ਸਾਡੇ ਸਾਡਾ ਵੱਡਾ ਪਹਿਲਾਂ ਤਾਂ ਇੱਥੇ ਉਹਦੇ ਕਰਨ ਦੱਬਿਆ, ਉੱਥੇ ਤਾਂ ਚਲ ਬਚ ਗਿਆ, 24 ਘੰਟਿਆਂ ਬਾਅਦ ਕੱਢਿਆ, ਪਤਾ ਨਹੀਂ 44 ਘੰਟਿਆਂ ਬਾਅਦ ਕੱਢਿਆ, 48 ਘੰਟਿਆਂ ਬਾਅਦ ਕੱਢਿਆ। ਉਸ ਤੋਂ ਬਾਅਦ ਉਹ ਤੋਂ ਬਚ ਗਿਆ। ਅਤੇ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਸੰਘੂ ਵਾਲੇ ਦੱਬਤਾ, ਅਤੇ ਉੱਥੇ ਜਦੋਂ ਕੱਢਿਆ ਤਾਂ ਉਹ ਸੁੱਜ ਫੁੱਲ ਗਿਆ, ਪੂਰਾ ਸੁੱਜ ਫੁੱਲ ਗਿਆ ਪੂਰਾ। ਜਦੋਂ ਉਹ ਲਈ ਫਿਰ ਹਸਪਤਾਲ ਦੇ ਵਿੱਚ ਉਹਦਾ ਟ੍ਰੀਟਮੈਂਟ ਕਰਾਉਣ ਵਾਸਤੇ, ਪਰ ਉਹਨੂੰ ਕੋਈ ਫਾਇਦਾ ਨਾ ਹੋਇਆ। ਤਾਂ ਜਦੋਂ ਜਮ੍ਹਾਂ ਮਰਨ ਵਾਲਾ ਹੋ ਗਿਆ, ਉਦੋਂ ਸਾਡੇ ਘਰ ਸੁੱਟ ਗਈ। ਅਸੀਂ 20 ਤਰੀਕ ਨੂੰ ਕੇਰਾਂ ਤਾਂ ਗਏ ਆਪਣੇ ਮਦਨ ਮੋਹਨ ਦੇ ਹਸਪਤਾਲ, ਅਤੇ ਉੱਥੇ ਉਹਨਾਂ ਨੇ ਇੱਥੇ ਵੇਖ ਕੇ ਉਹਦੀ ਹਾਲਤ ਫਿਰ ਦਿੱਤਾ ਵੀ ਨਹੀਂ ਸੱਥ ਨਹੀਂ ਇਹ ਠੀਕ ਹੋਣਾ, ਫਿਰ ਤੁਸੀਂ ਇਹਨੂੰ ਫਰੀਦਕੋਟ ਲੈ ਜਾਈਏ। ਅਸੀਂ 21 ਤਰੀਕ ਨੂੰ ਫਰੀਦਕੋਟ ਲੈ ਗਏ। ਉਸ ਤੋਂ ਬਾਅਦ 21 ਤੋਂ ਬਾਅਦ ਸਾਡਾ ਜਦੋਂ ਐਨ ਪੂਰੀ ਤਰ੍ਹਾਂ ਉਹ ਸਾਨੂੰ ਇਹ ਨਹੀਂ ਸੀਗਾ ਵਿਸ਼ਵਾਸ ਵੀ ਇਹ ਬਚ ਜੂਗਾ, ਅਤੇ ਪਰ ਫਿਰ ਵੀ ਅਸੀਂ ਉਹਦੀ ਡਾਇਲਸਿਸ ਕਰਵਾਈ, ਉਹਦਾ ਸਾਰਾ ਟ੍ਰੀਟਮੈਂਟ ਕਰਵਾਇਆ, ਖੂਨ ਲਵਾਇਆ, ਹੋਰ ਟੈਸਟ ਬਥੇਰੇ ਕੀਤੇ, ਮੋਟਰਾਂ ਸੂਟਰਾਂ ਨੂੰ ਲਵਾ ਕੇ, ਅਤੇ ਐਨ ਪੂਰੀ ਤਰ੍ਹਾਂ ਉਹਨੂੰ ਅਸੀਂ ਕਰ ਲਿਆ, ਠੀਕ ਕਰ ਲਿਆ। ਇੱਕ ਵਾਰ 23 ਤਰੀਕ ਨੂੰ ਉਹ ਆ ਗਿਆ ਹੋਸ਼ ਦੇ ਵਿੱਚ। ਹੋਰ 24 ਨੂੰ ਫਿਰ 23 ਨੂੰ ਉਹਨੇ 23 ਦੇ ਸਾਨੂੰ ਦੱਸਤਾ ਉਹਨੇ ਸਾਰਾ ਕੁਛ, ਕਹਿੰਦਾ ਵੀ ਮੇਰੇ ਨਾਲ ਐਂ ਕਰਦੇ ਰਹੇ, ਜੇ ਮੈਂ ਨਹੀਂ ਨਾ ਇਹਨਾਂ ਦੇ ਅੱਖ ਲੱਗਦਾ ਸੀ ਤਾਂ ਮੈਨੂੰ ਇਹ ਨਸ਼ਾ ਦਿੰਦੇ ਸੀਗੇ, ਅਤੇ ਮੈਨੂੰ ਇਹ ਸੀਗਾ ਵੀ ਚੱਲ ਇਹ ਮੈਨੂੰ ਮੈਂ ਨਸ਼ਾ ਦੇਈ ਜਾਂਦੇ ਅਤੇ ਮੈਂ ਕੰਮ ਕਰੀ ਜਾਂਦਾ, ਅਤੇ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਚਿਰ ਮੈਨੂੰ ਤਾਂ ਆਉਂਦੇ ਸੀਗੇ ਵੀ ਥੋੜ੍ਹਾ ਜਿਹਾ ਚਿਰ ਤੁਹਾਨੂੰ ਦੱਬਣਾ ਉਦੋਂ ਕੱਢ ਲਾਂਗੇ, ਅਤੇ ਇਹਨਾਂ ਨੇ ਮੈਨੂੰ ਕੱਢਿਆ ਹੀ ਨਹੀਂ, ਅਤੇ ਉਦੋਂ ਬਾਅਦ 'ਚ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ। ਕਿੰਨੇ ਟਾਈਮ ਤੋਂ ਨਸ਼ੇ ਦੱਸਦੀ ਸੀ, ਕਿੰਨਾ ਟਾਈਮ ਹੋ ਗਿਆ ਸੀ? ਉਹ ਜੀ 2 ਮਹੀਨੇ ਤੋਂ ਉਹਨਾਂ ਦੇ ਨਾਲ ਉਹ ਤੁਰਿਆ ਫਿਰਦਾ ਸੀਗਾ, ਅਤੇ ਜਦੋਂ ਕਦੇ ਆ ਜਾਂਦਾ ਸੀ ਘਰੇ, ਕਦੇ ਮਤਲਬ 10-10 ਦਿਨ ਆਉਂਦਾ ਨਹੀਂ ਸੀਗਾ। ਜਦੋਂ ਅਸੀਂ ਪੁੱਛਦੇ ਸਾਂ ਮੈਂ ਖੇੜੇ ਵਾਲੇ ਦੇ ਨਾਲ, ਇਹਦਾ ਪਿਓ ਉੱਥੇ ਭੰਡ ਜਾਂਦਾ ਸੀ ਜਿੱਥੇ ਵੀ ਇਹਨਾਂ ਦੇ ਸੁਣੀਦੇ ਸੀਗੇ ਵੀ ਖੇੜੇ ਕਿੱਥੇ ਆ ਉਹ, ਅਤੇ ਜਿੱਥੇ ਸੀਗੇ ਉੱਥੇ ਭੰਡ ਜਾ, ਉਹ ਦੱਸਦੇ ਨਹੀਂ ਸੀਗੇ ਵੀ ਕਿੱਥੇ ਆ। ਉਹ ਕਹਿੰਦੇ ਜੀ ਇੱਥੇ ਹੁਣੇ ਗਿਆ ਮੋਟਰਸਾਈਕਲ 'ਤੇ, ਇੱਕ ਤੂੰ ਹੁਣੇ ਗਿਆ ਮੋਟਰਸਾਈਕਲ 'ਤੇ, ਹਾਲਾਂਕਿ ਉਹ ਹੋ ਸਕਦਾ ਵੀ ਉਹ ਖੱਡੇ 'ਚ ਉਹਨੂੰ ਦੱਬੀ ਬੈਠੇ ਹੋਣ। ਅਤੇ ਇਹ ਸਾਡੀ ਮਤਲਬ ਕਲੀ ਦਾ ਵੀ ਇਹ ਕਿਤੇ ਵੀ ਲੱਗਣੇ ਨਹੀਂ ਚਾਹੀਦੇ, ਇਹ ਖਤਰਨਾਕ ਕੰਮ ਹੈ, ਲੋਕਾਂ ਦੀ ਜਾਨ 'ਤੇ ਖੇਡ ਕੇ ਇਹ ਆਪਦੀ ਰੋਟੀ ਕਮਾਉਣ ਦੀ ਗੱਲ ਕਰਦੇ ਹੁੰਦੇ। ਕਹਿ ਰਹੇ ਸੀ ਵੀ HIV ਪੋਜ਼ੀਟਿਵ ਵੀ ਸੀਗਾ, ਕਿੰਨੇ ਸਮੇਂ ਦੇ? ਉਹ ਇਹਨਾਂ ਨੇ ਜੀ ਇਹਨਾਂ ਨੇ ਨਸ਼ੇ ਖਵਾ ਖਵਾ ਕੇ ਉਹਦੇ ਗੁਰਦੇ ਫੇਰ ਕਰਤੇ, HIV ਪੋਜ਼ੀਟਿਵ ਕਰਤਾ, ਉਸ ਤੋਂ ਬਾਅਦ ਕਾਲਾ ਪੀ ਗਿਆ ਉਹਨੂੰ ਕਰਤਾ, ਇਹ ਜਮ੍ਹਾਂ ਜਾਣੀ ਕਿ ਉਹਨੂੰ ਆਇਆ ਹੀ ਉਹ ਹਾਰਟ ਅਟੈਕ ਪਾ ਕੇ ਉਹਦੇ ਗੁਰਦੇ ਜਿਹੜੇ ਸੀਗੇ ਪੂਰੀ ਤਰ੍ਹਾਂ ਡੈਮੇਜ ਹੋ ਗਏ ਸੀ। ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲੋਂ? ਕੀ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ, ਪਹਿਲੀ ਗੱਲ ਤਾਂ ਇਹ ਖੇਡ ਹੋਣੀ ਨਹੀਂ ਚਾਹੀਦੀ ਕਿਤੇ ਵੀ, ਇਹ ਬਿਨਾਂ ਕਿਸੇ ਲਾਇਸੈਂਸ ਤੋਂ, ਬਿਨਾਂ ਕਿਸੇ ਇਜਾਜ਼ਤ ਤੋਂ, ਬਿਨਾਂ ਕਿਸੇ ਪਾਵਰ ਤੋਂ ਇਹ ਕੰਮ ਕਰਦੇ ਆ, ਇਹ ਨਹੀਂ ਹੋਣੀ ਚਾਹੀਦੀ। ਇਹ ਤਾਂ ਕਦੇ ਵੀ ਨਾਲੇ ਫਿਰ ਕਰਦੇ ਵੀ ਹਨ ਜ਼ੋਰ ਗਰਮੀ ਦੇ ਵਿੱਚ, ਕਿ ਜਦੋਂ ਕਿਤੇ ਬੰਦੇ ਨੂੰ ਇੱਕ ਪੂਰਾ ਵੀ ਚਾਂਸ ਨਹੀਂ ਕਿ ਉਹਦੇ ਵੱਜ ਜਾਣ ਦੇ। ਅਤੇ ਬਾਕੀ ਮੰਗ ਇਹ ਕਰਦੇ ਆ ਜੀ, ਗਰੀਬ ਪਰਿਵਾਰ ਆ ਇਹ ਕਰਾਣੀ ਤਾਂ ਪਹਿਲਾਂ ਹੀ ਮਰ ਗਈ ਸੀ, ਇਹਦੇ ਮੁੰਡਾ ਹੁਣ ਮਰ ਗਿਆ, ਇਕੱਲਾ ਕਰ ਹੈ, ਅਤੇ ਇਹਨੂੰ ਕੋਈ ਮਾੜੀ ਮੋਟੀ ਸਹਾਇਤਾ ਦਿੱਤੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਪਿੰਡ ਥਾਂਦੇ ਵਾਲੇ ਜਗਸੀਰ ਸਿੰਘ ਪੁੱਤਰ ਭੱਪ ਸਿੰਘ ਜੀ ਪਿੰਡ ਥਾਂਦੇ ਵਾਲੇ ਦਾ ਰਹਿਣ ਵਾਲਾ ਸੀ, ਅਤੇ ਇਹ ਨਾ ਆਪਣੇ ਸਾਥੀ ਜਿਹਦੇ ਮੰਟੀ ਬਾਬਾ ਗੁਰਮੀਤ ਭੈਰੋਂ ਵਿਜੇ ਕੁਮਾਰ ਸੋਨੂੰ ਥਾਂਦੇ ਵਾਲੇ ਦੇ ਜੀ, ਇਹ ਰਲ ਕੇ ਇੱਕ ਗੇਮ ਚਲਾਉਂਦੇ ਸੀ, ਸਾਈਕਲ ਚਲਾਉਂਦੇ ਸੀ। ਤਾਂ ਇਹਨੂੰ ਉਹਨਾਂ ਦੇ ਤਾਏ ਦੇ ਬਿਆਨ ਮੁਤਾਬਕ, ਗੁਰਦੇਵ ਸਿੰਘ ਦੇ ਮੁਤਾਬਕ ਵੀ ਉਹਨੂੰ ਧਰਤੀ 'ਚ ਦੱਬ ਦਿੰਦੇ ਸੀ, ਅਤੇ 24 ਘੰਟੇ ਲਈ ਜਾਂ 48 ਘੰਟੇ ਲਈ ਉਹ ਧਰਤੀ 'ਚ ਰਹਿੰਦੇ। ਉਦੋਂ ਬਾਅਦ 'ਚ ਜਦੋਂ ਉਹਨੂੰ ਬਾਹਰ ਕੱਢਿਆ
ਪਿੰਡ ਉਹਦੇ ਘਰ ਹੋਇਆ ਸੀ 5-7 ਦਿਨ ਪਹਿਲਾਂ ਜੀ। ਉਹ ਜਦੋਂ ਉਹਨੂੰ ਬਾਹਰ ਕੱਢਿਆ ਤੇ ਉਹ ਫੁੱਲ ਗਿਆ, ਉਹਨੂੰ ਐਡਮਿਟ ਕਰਾਇਆ, ਦਰਾਨੇ ਇਲਾਜ ਉਹਦੀ ਮੌਤ ਹੋ ਗਈ। ਤੇ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਦੀ ਜਿਹੜੀ ਤਸ਼ੱਦਦ ਦੇ ਨਾਲ ਮੌਤ ਹੋਈ ਹੈ। ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 117/24 ਦਰਜ ਕਰਤਾ ਜੀ, 304 'ਚ ਪਰਚਾ ਦਰਜ ਕਰਕੇ ਕੀਤਾ ਸੀਗਾ 25 ਤਰੀਕ ਨੂੰ। ਕੱਲ੍ਹ ਅਸੀਂ ਅਰੈਸਟ ਕਰ ਲਿਆ ਜੀ, ਅੱਜ ਇਹ ਮਾਨਯੋਗ ਅਦਾਲਤ 'ਚ ਪੇਸ਼ ਕਰਾਂਗੇ ਜਰਾਂ ਨੂੰ।